ਇਹਦੇ ਵਿੱਚ ਕੋਈ ਟੈਕਸ ਨੀਗਾ। ਟੋਟਲ 2 ਡਿਲੀਵਰੀਆਂ ਚੱਕੀਆਂ ਸੀਗੀਆਂ ਤੇ 6 ਮਾਈਲ ਦੀਆਂ ਸੀ। ਸਨੋਅ ਪਈ ਹੋਈ ਹੈਗੀ ਦੇਖੋ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਰਿੱਪੀ ਸਿੱਧੂ ਮਿਊਜ਼ਿਕ ਚੈਨਲ ਉੱਤੇ ਸਵਾਗਤ ਹੈਗਾ। ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਉਬਰ ਈਟ ਅਤੇ ਜਸਟ ਈਟ ਬਾਰੇ ਜਾਣਕਾਰੀ ਦੇਵਾਂਗੇ ਸਾਰੀ। ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਅਤੇ ਇਸ ਟਾਈਮ ਮੈਂ ਆਪਣੇ ਫਰੈਂਡ ਨਾਲ ਆਇਆ ਹੋਇਆ ਗਾ ਅਤੇ ਉਹਦੇ ਨਾਲ ਗੱਡੀ ਵਿੱਚ ਬੈਠਾ ਅਤੇ ਉਹ ਡਿਲੀਵਰੀਆਂ ਕਰ ਰਿਹਾ ਗਾ। ਅਤੇ ਬਾਕੀ ਬਾਈ ਉਹ ਆਪ ਵੀਡੀਓ ਦੇ ਵਿੱਚ ਨਹੀਂ ਆਊਗਾ ਅਤੇ ਆਪਾਂ ਨੂੰ ਸਾਰੀ ਜਾਣਕਾਰੀ ਦਊਗਾ। ਤੁਸੀਂ ਸਾਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਅਤੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਕੀ ਪ੍ਰੋਸੈਸ ਹੈਗਾ ਅਤੇ ਕਿਵੇਂ ਡਿਲੀਵਰੀ ਲੈਣੀ ਆ ਅਤੇ ਕਿਵੇਂ ਛੱਡ ਕੇ ਆਉਣੀ ਆ ਅਤੇ ਪਰ ਘੰਟੇ ਦੇ ਕਿੰਨੇ ਬਣਦੇ ਆ ਅਤੇ ਤੇਲ ਦਾ ਖਰਚਾ ਕਿੰਨਾ ਆ ਜਾਂਦਾ ਗਾ ਅਤੇ ਬਾਕੀ ਜਿਵੇਂ ਫੂਡ ਇੰਸ਼ੋਰੈਂਸ ਕਰਾਉਣੀ ਆ ਅਤੇ ਸਾਰੇ ਜਿਹੜੇ ਖਰਚੇ ਹੈਗੇ ਉਹ ਕੱਢ ਕੇ ਵੀ ਕਿੰਨੇ ਬਚਦੇ ਹੈਗੇ ਅਤੇ ਕੌਣ ਇਹ ਕੰਮ ਕਰ ਸਕਦਾ ਅਤੇ ਕੌਣ ਨਹੀਂ ਕਰ ਸਕਦਾ ਸਾਰਾ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ। 8 ਮਿੰਟ ਦੀ ਡਿਲੀਵਰੀ ਹੈਗੀ ਅਤੇ 2 ਮਾਈਲ 'ਤੇ ਛੱਡਣੀ ਹੈਗੀ ਇਹ। ਆਪਾਂ ਹੁਣ ਡਿਲੀਵਰੀ ਕਰਨ ਚੱਲੇ ਹਾਂਗੇ ਅਤੇ ਹੁਣ ਆਪਾਂ ਸਾਰੀ ਜਾਣਕਾਰੀ ਲੈਂਦੇ ਹਾਂਗੇ ਬਾਈ ਤੋਂ ਵੀ ਕਿੰਨੇ ਘੰਟੇ ਕੰਮ ਕਰਦੇ ਹੈਗੇ। ਦੱਸੋ ਬਾਈ ਕਿੰਨੇ ਘੰਟੇ ਕੰਮ ਕਰਦੇ? ਮੈਂ ਦਿਨ ਦੇ ਵਿੱਚ 5 ਤੋਂ 6 ਘੰਟੇ ਕੰਮ ਕਰਦਾ। ਠੀਕ ਆ, ਅਤੇ ਘੰਟੇ ਦੇ ਵਿੱਚ ਕਿੰਨੇ ਕੁ ਬਣ ਜਾਂਦੇ ਆ? ਘੰਟੇ ਦੇ ਵਿੱਚ ਜੇ ਬਿਜ਼ੀ ਟਾਈਮ ਹੋਵੇ ਤਾਂ 12 ਤੋਂ 13 ਪਾਉਂਡ ਤੁਸੀਂ ਲਗਾ ਲਓ, ਜੇ ਬਿਜ਼ੀ ਨਹੀਂ ਹੈਗਾ ਤਾਂ ਵੀ 9 ਤੋਂ 10 ਪਾਉਂਡ ਬਣ ਜਾਂਦੇ ਘੰਟੇ ਦੇ। ਠੀਕ ਆ। ਹਾਂਜੀ, ਤੇ ਖਰਚਾ ਖੁਰਚਾ ਕੱਢ ਕੇ ਵੀ ਜੇ ਆਪਾਂ ਘੰਟੇ ਦੇ ਮਗਰ ਦੇਖੀਏ ਤਾਂ ਕਿੰਨੇ ਬਚ ਜਾਂਦੇ ਹੈਗੇ? ਜੇ ਤੁਸੀਂ ਖਰਚੇ ਦੀ ਗੱਲ ਕਰੋ, ਖਰਚਾ ਤੁਹਾਡਾ ਇੰਸ਼ੋਰੈਂਸ ਦੇ ਉੱਪਰ ਹੈ, ਮੇਨ ਇੱਥੇ ਇੰਸ਼ੋਰੈਂਸ ਹੀ ਹੈ। ਅੱਛਾ, ਗੱਡੀ ਦੀ ਇੰਸ਼ੋਰੈਂਸ ਤੁਹਾਨੂੰ ਅਲੱਗ ਤੋਂ ਕਰਾਉਣੀ ਪੈਂਦੀ ਹੈ। ਇੱਕ ਤਾਂ ਇੰਸ਼ੋਰੈਂਸ ਹੁੰਦੀ ਹੈ ਜਿਹੜੀ ਆਪਣੀ ਸਿੰਪਲ ਆਪਾਂ ਗੱਡੀ ਦੀ ਇੰਸ਼ੋਰੈਂਸ ਹੈ, ਉਹ ਤਾਂ ਆਪਾਂ ਕਰਾਉਣੀ ਹੈ। ਫੂਡ ਡਿਲੀਵਰੀ ਵਾਸਤੇ ਅਲੱਗ ਇੰਸ਼ੋਰੈਂਸ ਹੁੰਦੀ ਹੈ। ਠੀਕ ਹੈ, ਉਹ ਤੁਹਾਡੇ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹਦੇ ਉੱਤੇ ਵੀ ਕਰਦੀ ਹੈ ਵੀ ਤੁਸੀਂ ਕਿੰਨੀ ਕੁ ਤੁਹਾਡੀ ਡਰਾਈਵਿੰਗ ਲਾਇਸੈਂਸ 'ਤੇ ਇੰਸ਼ੋਰੈਂਸ ਬਣਦੀ ਹੈ। ਕਈ ਡਰਾਈਵਿੰਗ ਲਾਇਸੈਂਸ 'ਤੇ 2.5 ਪਾਉਂਡ ਇੰਸ਼ੋਰੈਂਸ ਹੈ ਘੰਟੇ ਦੀ, ਕਈਆਂ 'ਤੇ 3 ਪਾਉਂਡ ਹੈ। ਮੈਂ ਜਿਹੜੀ ਪੇ ਕਰਦਾ ਮੈਂ 0.99 ਪੇ ਕਰਦਾ। ਠੀਕ ਹੈ, ਘੰਟੇ ਮਗਰ 99 ਪੈ ਨਹੀਂ ਹੁੰਦੇ? 99 ਪੈ ਨਹੀਂ ਪੇ ਕਰਦਾ ਘੰਟੇ ਦੀ। ਠੀਕ ਆ ਜੀ। ਤੇ ਮਤਲਬ ਇੱਕ ਦਿਨ ਵਿੱਚ ਕਿੰਨਾ ਮਤਲਬ ਕਿੰਨੇ ਬਣ ਜਾਂਦੇ ਹੈਗੇ? ਜੀ ਲਗਾ ਕੇ ਚਲੋ ਜੇ ਆਪਾਂ 6 ਘੰਟੇ ਕੰਮ ਕਰੀਏ ਤੇ 60 ਪਾਉਂਡ ਬਣ ਜਾਂਦੇ ਨੇ। ਠੀਕ ਆ, 6 ਪਾਉਂਡ ਦੀ ਇੰਸ਼ੋਰੈਂਸ ਕੱਢ ਦੋ। ਠੀਕ ਆ, ਤੇ 4.5 ਪਾਉਂਡ ਦਾ ਪੈਟਰੋਲ ਲੱਗ ਜਾਂਦਾ ਵੀ ਜੇ ਆਪਾਂ 6 ਘੰਟੇ ਕੰਮ ਕਰੀਏ ਤੇ ਆਪਣਾ 50 ਕੁ ਪਾਉਂਡ ਬਚ ਜਾਂਦਾ। ਠੀਕ ਆ, ਹਾਂਜੀ। ਡ੍ਰੌਪ ਆਫ ਔਨ ਦਾ ਰਾਈਟ। ਹੁਣ ਆਪਾਂ ਇੱਥੇ ਪਹੁੰਚ ਗਏ ਤੇ ਡਿਲੀਵਰੀ ਹੁਣ ਇੱਥੇ ਡਿਲੀਵਰ ਕਰ ਦੇਣੀ ਹੈਗੀ। ਹੁਣ ਇੱਥੇ ਫਿਰ ਘਰ ਲੱਭਣਾ ਪੈਂਦਾ ਵੀ ਕਿਹੜਾ ਕਿੱਥੇ ਆ। ਆਪਾਂ ਨੂੰ ਪਹਿਲੀ ਡਿਲੀਵਰੀ 'ਚੋਂ 4.60 ਪਾਉਂਡ ਪੈਣੀ ਆ ਗਈ। ਇਹ 2 ਡਿਲੀਵਰੀਆਂ ਇਕੱਠੀਆਂ ਚੱਕੀਆਂ ਸੀਗੀਆਂ ਅਤੇ ਹੁਣ ਆਪਾਂ 1 ਡਿਲੀਵਰੀ ਕਰਕੇ 2 ਡਿਲੀਵਰੀ ਕਰਨ ਚੱਲੇਗੇ ਅਤੇ ਆਪਾਂ ਕੰਟਰੀ ਸਾਈਡ ਆਏ ਹੋਏ ਹਾਂਗੇ। ਆਹ ਰਾਹ ਦੇ ਉੱਤੇ ਕੋਈ ਸਟਰੀਟ ਲਾਈਟ ਨਹੀਂ, ਦੇਖੋ ਰਾਤ ਨੂੰ ਇਹੋ ਜਿਹੇ ਰਾਹ ਵੀ ਲੰਘਣੇ ਪੈਂਦੇ ਆਪਾਂ ਨੂੰ। ਸਨੋਅ ਦੇਖੋ ਬਈ ਕਿੰਨੀ ਪਈ ਵੀ ਹੈਗੀ ਅਤੇ ਸਨੋਅ ਦੇ ਵਿੱਚ ਡਰਾਈਵਿੰਗ ਕਰਨੀ ਵੀ ਬਹੁਤ ਔਖੀ ਹੈ ਅਤੇ ਗੱਡੀ ਬਹੁਤ ਧਿਆਨ ਨਾਲ ਚਲਾਉਣੀ ਪੈਂਦੀ ਹੈਗੀ। ਅਤੇ ਬਾਕੀ ਆਪਾਂ ਹੁਣ 2 ਡਿਲੀਵਰੀਆਂ ਚੱਕੀਆਂ ਸੀਗੀਆਂ ਅਤੇ ਬਾਈ ਹੁਣ 2 ਡਿਲੀਵਰੀ ਦੇਣ ਗਿਆ ਵਾਗਾ ਅਤੇ ਟੋਟਲ ਇਹ 11 ਪਾਉਂਡ ਦੀਆਂ ਸੀਗੀਆਂ ਅਤੇ 6 ਮਾਈਲ ਬਣਦੇ ਸੀਗੇ ਅਤੇ ਬਾਈ ਕਹਿੰਦਾ ਕੱਟ ਕਟਾ ਕੇ ਇਹਦੇ ਵਿੱਚੋਂ ਆਪਾਂ ਨੂੰ 9 ਪਾਉਂਡ ਬਚ ਜਾਣੇ ਹੈਗੇ। ਸਾਰਾ ਖਰਚਾ ਪਾਣੀ, ਤੇਲ ਕੱਢ ਕੇ, ਇੰਸ਼ੋਰੈਂਸ ਕੱਢ ਕੇ, ਫੂਡ ਇੰਸ਼ੋਰੈਂਸ ਕੱਢ ਕੇ, ਹੈ ਨਾ, ਸਾਰਾ ਕੁਛ ਕੱਢ ਕੇ ਕਹਿੰਦਾ ਬਾਈ ਕਹਿੰਦਾ ਆਪਾਂ ਨੂੰ 9 ਪਾਉਂਡ ਬਚ ਜਾਣੇ ਹੈਗੇ ਘੰਟੇ ਦੇ ਵਿੱਚ। ਅਤੇ ਵਧੀਆ ਕਹਿੰਦਾ ਕਹਿੰਦਾ ਆਪਾਂ ਨੂੰ ਬਸ ਮਤਲਬ ਇਹ ਦਿਨ ਦੇ ਵਿੱਚ ਜਿਵੇਂ ਬਾਈ 5-6 ਘੰਟੇ ਕੰਮ ਕਰਦਾ ਗਾ ਅਤੇ ਬਸ ਕਹਿੰਦਾ ਵੀ 50 ਪਾਉਂਡ ਜਦੋਂ ਵੀ ਪੂਰੇ ਹੋ ਗਏ ਕਹਿੰਦਾ ਆਪਣੀ ਦਿਹਾੜੀ ਪੈ ਜਾਂਦੀ ਹੈਗੀ।
ਤੇ ਬਾਕੀ ਕਹਿੰਦਾ ਜਿੰਨਾ ਮਰਜ਼ੀ ਵੱਧ ਆਪਾਂ ਡਿਲੀਵਰੀਆਂ ਕਰਨੀਆਂ ਹੈਗੀਆਂ ਹਨਾ, ਉਹ ਆਪਣੇ ਤੇ ਡਿਪੈਂਡ ਹੁੰਦਾ ਜਿੰਨਾ ਮਰਜ਼ੀ ਕੰਮ ਕਰ ਸਕਦੇ ਹਾਂਗੇ। ਐਂਡ ਆਫ ਦੀ ਡੇ ਆਪਾਂ ਨੂੰ ਸਾਰਾ ਜੇ ਆਪਾਂ ਐਵਰੇਜ ਕੱਢ ਦਿਆਂਗੇ ਤਾਂ ਆਪਾਂ ਨੂੰ 11-12 ਪਾਉਂਡ ਬਣ ਜਾਂਦੇ ਹੈਗੇ ਘੰਟੇ ਦੇ ਹਿਸਾਬ ਨਾਲ। ਇਹ ਟੋਟਲ 2 ਡਿਲੀਵਰੀਆਂ ਸੀਗੀਆਂ ਅਤੇ ਇਹਦੇ ਵਿੱਚ ਆਪਾਂ ਨੂੰ 11.52 ਪਾਉਂਡ ਬਣ ਗਿਆ ਗੇ ਅਤੇ 45 ਮਿੰਟ ਲੱਗਿਆ ਟੋਟਲ ਆਪਾਂ ਨੂੰ ਇਹ ਡਿਲੀਵਰੀ ਕਰਨ ਨੂੰ, ਅਤੇ ਬਾਕੀ ਹਜੇ ਪੂਰਾ ਘੰਟਾ ਵੀ ਨਹੀਂ ਲੱਗਿਆ ਹੈਗਾ। ਜਿਹੜੀ ਅੱਜ ਡਿਲੀਵਰੀ ਕਰ ਰਿਹਾ ਊਬਰ ਈਟ ਦੀ ਕਰ ਰਿਹਾਂਗੇ ਅਤੇ ਇਹਦਾ ਅਕਾਊਂਟ ਤੁਸੀਂ ਊਬਰ ਐਪ 'ਤੇ ਜਾ ਕੇ ਕ੍ਰੀਏਟ ਕਰ ਸਕਦੇ ਹੋਗੇ, ਸੇਮ ਹੀ ਜਸਟ ਈਟ ਦਾ ਹੁੰਦਾ ਹੈਗਾ। ਆਪਾਂ ਡਿਲੀਵਰੀ ਕੰਟਰੀ ਸਾਈਡ ਦੇਣ ਆਏ ਸੀਗੇ ਅਤੇ ਹੁਣ ਆਪਾਂ ਜਿਹੜੇ ਸਾਈਡ ਤੋਂ ਆਪਾਂ ਜਾ ਰਹੇ ਹਾਂ ਇੱਧਰ ਕੋਈ ਰੈਸਟੋਰੈਂਟ ਨਹੀਂ ਹੈਗਾ ਅਤੇ ਆਪਾਂ ਹੁਣ ਇੱਧਰ ਜਾ ਰਹੇ ਹਾਂ, ਦੇਖੋ ਜਿਹੜੇ ਆਹ ਰੈਸਟੋਰੈਂਟ ਆ ਇਹਨਾਂ ਦੇ ਕੋਲ ਜਾਵਾਂਗੇ ਅਤੇ ਆਪਾਂ ਨੂੰ ਉੱਥੇ ਡਿਲੀਵਰੀ ਮਿਲ ਜਾਣੀ ਹੈਗੀ। ਜਿਵੇਂ ਕਿ ਤੁਹਾਨੂੰ ਪਤਾ ਇਹ ਜਿਹੜੀ ਜੋਬ ਆ ਇਹ ਸੈਲਫ ਇੰਪਲੋਇਡ ਜੋਬ ਹੈਗੀ ਅਤੇ ਇਹਦੇ ਵਿੱਚ ਕੋਈ ਟੈਕਸ ਨਹੀਂ ਕੱਟ ਹੁੰਦਾ ਹੈਗਾ ਅਤੇ ਤੁਸੀਂ ਜਿੰਨੇ ਮਰਜ਼ੀ ਘੰਟੇ ਆਪਦਾ ਕੰਮ ਕਰ ਸਕਦੇ ਹੋਗੇ ਅਤੇ ਜਿੰਨੇ ਤੁਸੀਂ ਪੈਸੇ ਕਮਾਓਗੇ ਉਹ ਤੁਹਾਡੇ ਹੀ ਹੈਗੇ ਅਤੇ ਬਾਕੀ ਜਿਹੜਾ ਪੈਟਰੋਲ ਦਾ ਖਰਚਾ ਡੀਜ਼ਲ ਦਾ ਖਰਚਾ ਉਹ ਤੁਹਾਡਾ ਹੀ ਹੁੰਦਾ ਹੈਗਾ। ਅਤੇ ਬਾਕੀ ਸਟੂਡੈਂਟਸ ਵੀ ਇਹ ਜੋਬ ਕਰ ਸਕਦੇ ਹੈਗੇ, ਮਤਲਬ ਕਿ ਉਹਨਾਂ ਨੂੰ ਜਿਵੇਂ 20 ਘੰਟੇ ਅਲਾਊਡ ਹੁੰਦੇ ਹੈਗੇ ਅਤੇ 20 ਘੰਟੇ ਤੋਂ ਜ਼ਿਆਦਾ ਉਹ ਕਰ ਨਹੀਂ ਸਕਦੇ ਹੈਗੇ। ਤੁਹਾਨੂੰ ਜਿਵੇਂ ਪਤਾ ਹੈਗਾ ਸਟੂਡੈਂਟਸ ਦਾ ਕੋਈ ਟੈਕਸ ਨਹੀਂ ਕੱਟ ਹੁੰਦਾ ਹੈਗਾ ਅਤੇ ਇਹਦੇ ਵਿੱਚ ਵੀ ਸੇਮ ਆ ਤਾਂ ਕੋਈ ਟੈਕਸ ਨਹੀਂ ਕੱਟ ਹੁੰਦਾ ਹੁੰਦਾ ਹੈਗਾ ਅਤੇ ਤੁਸੀਂ 20 ਘੰਟੇ ਇਹ ਕੰਮ ਕਰ ਸਕਦੇ ਹੋਗੇ ਅਤੇ ਸਟੂਡੈਂਟਸ ਕਰਦੇ ਹੈਗੇ ਵਿੱਚ 22 ਦੇ 9 ਆਗੇ ਉਹ ਇਹ ਕੰਮ ਕਰਦੇ ਹੈਗੇ। 22 ਨੂੰ ਮੈਂ ਪੁੱਛਿਆ ਸੀਗਾ ਵੀ ਜਿਹੜੇ ਸਾਈਕਲ ਵਾਲੇ ਹੁੰਦੇ ਹੈਗੇ ਉਹ ਕਿੰਨਾ ਕੁ ਇਹਦੇ ਵਿੱਚ ਕਮਾ ਲੈਂਦੇ ਹੈਗੇ ਅਤੇ 22 ਕਹਿੰਦਾ ਵੀ ਜਿਹੜੇ ਸਾਈਕਲ ਵਾਲੇ ਹੁੰਦੇ ਆ ਉਹਨਾਂ ਨੂੰ ਨਾ ਇਹ ਜਿਹੜੀਆਂ ਨੇੜੇ ਵਾਲੀਆਂ ਹੁੰਦੀਆਂ ਡਿਲੀਵਰੀਆਂ ਵੀ ਸਾਰੀਆਂ ਉਹਨਾਂ ਨੂੰ ਮਿਲਦੀਆਂ ਹੁੰਦੀਆਂ ਹੈਗੀਆਂ ਕਿਉਂਕਿ ਉਹ ਘੱਟ ਪੈਸੇ ਦੀਆਂ ਵੀ ਹੁੰਦੀਆਂ ਹੈਗੀਆਂ, ਜਿਵੇਂ 1.5-2 ਪਾਉਂਡ ਵਾਲੀਆਂ ਕਹਿੰਦਾ ਉਹਨਾਂ ਨੂੰ ਜਾਂਦੀਆਂ ਹੈਗੀਆਂ। ਅਤੇ ਜਿਵੇਂ ਇਹ ਜਿਹੜੇ ਰੂਟ 'ਤੇ ਜੇ ਜਾ ਰਹੇ ਹੈਗੇ ਤਾਂ ਹੈ ਨਾ ਦੂਰ ਜਾ ਰਹੇ ਹੈਗੇ ਤਾਂ ਉੱਧਰ ਕੋਈ ਹੋਰ ਜਿਹੜੀ ਕੋਈ ਡਿਲੀਵਰੀ ਹੈਗੀ ਹੈ ਨਾ 1.5-2 ਪਾਉਂਡ ਵਾਲੀ ਤਾਂ ਵੀ ਇਹਨਾਂ ਨੂੰ ਦੇ ਦਿੰਦੇ ਹੈਗੇ ਅਤੇ ਨਹੀਂ ਤਾਂ ਇਹਨਾਂ ਨੂੰ ਮਤਲਬ 3 ਪਾਉਂਡ ਤੋਂ ਘੱਟ ਲਈ ਕੋਈ ਡਿਲੀਵਰੀ ਦਿੰਦੇ ਨੀਗੇ। ਕੰਮ ਜਿੱਥੇ ਤੱਕ ਮੈਨੂੰ ਲੱਗਿਆ ਇਹ ਬਹੁਤ ਵਧੀਆ ਹੈਗਾ ਵੀ ਕੋਈ ਇਹਦੇ ਵਿੱਚ ਰੋਕ ਟੋਕ ਨਹੀਂ ਹੁੰਦੀ ਗੀ ਹੈ ਨਾ, ਆਪਦਾ ਜਿਵੇਂ ਮਰਜ਼ੀ ਆਪਦੀ ਮਰਜ਼ੀ ਨਾਲ ਕੰਮ ਕਰੋ ਠੀਕ ਆ। ਅਤੇ ਬਾਕੀ 1 ਦਿਨ ਦੇ ਵਿੱਚ ਹੈ ਨਾ ਬੰਦਾ ਜੇ 10-12 ਘੰਟੇ ਲਾਊਗਾ ਤਾਂ ਇਹਦੇ ਵਿੱਚ ਘੱਟੋ ਘੱਟ 100-120 ਪਾਉਂਡ ਤਾਂ ਉਹ ਬਣਾ ਲੈਂਦਾ ਹੈਗਾ ਬਿਜ਼ੀ ਘੰਟਿਆਂ ਦੇ ਵਿੱਚ, ਅਤੇ ਘੱਟੋ ਘੱਟ 100 ਪਾਉਂਡ ਤਾਂ ਬਣਾ ਹੀ ਲੈਂਦਾ ਹੈਗਾ। ਅਤੇ ਹੁਣ ਜਿਵੇਂ ਠੰਡ ਪੈ ਰਹੀ ਹੈਗੀ, ਸਨੋਅ ਪੈ ਰਹੀ ਹੈਗੀ ਹੈ ਨਾ, ਅਤੇ ਇਹਦੇ ਵਿੱਚ ਵੀ ਵਧੀਆ ਕੰਮ ਚੱਲਦਾ ਹੈਗਾ ਡਿਲੀਵਰੀ ਦਾ। ਅਤੇ ਬਾਕੀ ਜਦੋਂ ਆਪਾਂ ਡਿਲੀਵਰੀ ਕਰਦੇ ਹਾਂਗੇ ਉਹਦੇ ਵਿੱਚ ਟਿਪ ਵੀ ਮਿਲਦੀ ਹੈਗੀ ਹੈ ਨਾ, ਕਈ ਵਾਰ ਵਿੱਚ 1-2 ਪਾਉਂਡ ਦੀ ਟਿਪ ਵੀ ਮਿਲ ਜਾਂਦੀ ਹੈਗੀ ਅਤੇ ਉਹਦੇ ਵਿੱਚ ਪੈਸੇ ਜੁੜ ਜਾਂਦੇ ਹੈਗੇ। ਬਾਕੀ ਇਹ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਅਤੇ ਉਦੋਂ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ।